राजा बने करो भले राजा बने राजा बने करो जय राजा जी। हे राजा बलि कर भले, मैं तेरे दर दा मंगता राजा जी, मैं ते तो ही मंगना राजा जी, मैनू यकीन आ थोड़ियां रहमतां ते। जय राजा जी। डैडी पैसे दे, मैं स्कूले चलिया। की करनिया पुत्त? मैडम पिछले तिना महीनिया दी फीस मंग दी डैडी, मैडम रोज गुस्से हुंदी। तू अपनी मां तो ले ला। ठीक आ, जा पुत्त। अच्छा जी। मम्मी डैडी कहिंदा अपनी मां तो ले ला पैसे। ना गल दा जवाब दिओ मैनू, मुंडे नू कही जाने हो के मां तो पैसे ले ला, किड्डा मेरे हाथ ते तनखा लिया के रख दिओ महीने दी पहली तरीक नू। हजे ता सुख ना जवाक ही एक आ, ओ भी सरकारी स्कूल पढ़दा, ओदी भी फीस नहीं दे हुंदी, जे किते हुंदे पांच सत फिर की करदे आपां। चल पुत तू स्कूले जा, मैडम नू दस दे मम्मी आउंदी आ फीस लैके मगर। तू टेंशन ना ले भागवान ने, शाम नू दूजी ने ता दे के जाने पैसे। ले दूजी दे नाते चेता आ गया, महीना हो गया मज सुई नू। राजा साहब मत्था टेकन नहीं जा होया, दूजी नू दुध पाउण तो रहण दो, राजा साहब मत्था टेकन चलदे आ। चल फिर तू हो तैयार, मैं स्कूल तो स्टार्ट करदा, चलिए। नहीं पुत आपां एतवार नू मत्था टेकन चलांगे। मैं नहीं, ओ मैं भी जाना। चल जे जवाक दा मन आ तां इहनू कर ला तैयार, चलदे आ नाले ले चलदे आ। चल पुत हो तैयार, चल चलिए आपां। चलो मैं तां इन्हीं कपड़ी तौर पैणा। ਭਾਗਵਾਨੇ ਆ ਜਾ, ਲੇਟ ਹੁੰਨੇ ਆਪਾਂ। ਨਾ ਇਹ ਦੇਖ ਲੈਣਾ ਸੀ ਚੰਗੀ ਤਰ੍ਹਾਂ, ਸਟਾਰਟ ਵੀ ਹੋ ਜਾਊਗਾ, ਰਸਤੇ 'ਚ ਖਰਾਬ ਨਾ ਕਰੇ ਆਪਾਂ ਨੂੰ। ਕੱਲ੍ਹ ਸਰਵਿਸ ਕਰਾਈ ਆ ਹਜੇ, ਆਹ ਦੇਖ ਪਹਿਲੀ ਕਿੱਕੇ ਸਟਾਰਟ ਆ, ਆਹ ਲੈ। ਮੁੰਡਿਆ ਆ ਜਾ, ਚੱਲ ਚੱਲੀਏ। ਆਇਆ ਡੈਡੀ, ਛੇਤੀ ਬਹਿ ਜਾ ਪੁੱਤ। ਚੱਲ ਪੁੱਤ ਗਾਹਾਂ ਨੂੰ ਹੋ, ਆ ਕੇ ਬੈੜੀ ਸਾਂਭਣੀ ਆ, ਸੂਣ ਵਾਲੀ ਖੜੀ ਆ ਘਰੇ, ਛੇਤੀ ਤੁਰੀਏ। ਭੈਣ ਜੀ ਰਾਜਾ ਸਾਹਿਬ ਮੱਥਾ ਟੇਕਣ ਚੱਲੇ ਆ। ਅੱਛਾ ਜੀ। ਬੂਹੇ ਖੁੱਲੇ ਹੀ ਆ, ਡੰਗਰ ਵੱਛਾ ਛਾਵੇਂ ਕਰ ਦਿਓ। ਅੱਛਾ ਜੀ ਭੈਣ ਜੀ, ਹਾਂਜੀ ਕੋਈ ਨੀ, ਬੇਫਿਕਰ ਹੋ ਕੇ ਜਾਓ, ਗੁਰੂ ਘਰੇ ਚੱਲੇ ਆ, ਆਪੇ ਰਖਵਾਲਾ ਹੁੰਦਾ। ਹਾਂਜੀ ਹਾਂਜੀ ਭੈਣ ਜੀ, ਜੈ ਰਾਜਾ ਸਾਹਿਬ ਦੀ, ਆ ਕੇ ਮਿਲਦੀ ਆ। ਜੈ ਰਾਜਾ ਸਾਹਿਬ ਦੀ। ਉਹ ਤੇਰਾ ਭਲਾ ਹੋਵੇ, ਜਦੋਂ ਕਿਤੇ ਜਾਣਾ ਹੁੰਦਾ ਬਸ ਆਹੀ ਕੰਮ ਹੁੰਦਾ ਸਾਡੇ ਨਾਲ। ਉਹ ਨੇਕੀ, ਅੱਜ ਫੇਰ ਤੇਰੀ ਫਰਾਰੀ ਖਰਾਬ ਹੋ ਗਈ, ਇਹਨੂੰ ਕਵਾੜ 'ਚ ਵੇਚ ਦੇ, ਨਵਾਂ ਸਾਈਕਲ ਲੈ ਲਾ, ਤਾਂ ਜੇ ਰਾਜੇ ਦੇ ਚੱਲੇ ਅਰਦਾਸ ਕਰੀ ਨਵਾਂ ਮੋਟਰਸਾਈਕਲ ਲੈ ਦੇਵੇ। ਰਾਜਾ ਸਾਹਿਬ ਬੜੇ ਬੇਅੰਤਾ ਮੁੰਡਿਆ, ਜੇ ਉਹਨਾਂ ਦਾ ਦਿਲ ਆ ਗਿਆ ਤੇ ਉਹਨਾਂ ਨੇ ਤਾਂ ਸਾਨੂੰ ਕਾਰਾਂ 'ਚ ਚਾੜ ਦੇਣਾ, ਫੇਰ ਤੈਨੂੰ ਕਾਰਾਂ ਦਿਖਾਵਾਂਗੇ ਪੁੱਤਰਾ। ਰਾਜਾ ਸਾਹਿਬ ਸਭ ਦੀਆਂ ਸੁਣਦਾ, ਕਦੀ ਸਾਡੀ ਵੀ ਸੁਣੋ। ਇਹ ਜੋ ਲੋਕ ਟਿੱਚਰਾ ਕਰਦੇ ਨੇ ਇਹਨਾਂ ਦੇ ਮੂੰਹ ਬੰਦ ਕਰ ਦੇ, ਰਾਜਾ ਸਾਹਿਬ ਜੀ ਮਿਹਰ ਕਰ ਸਾਡੇ ਤੇ, ਸਾਡੇ ਵੀ ਦਿਨ ਫੇਰ। ਤੁਸੀਂ ਲਾਓ ਸਕੂਟਰ ਜੀ ਸਾਈਡ ਤੇ, ਨੇੜੇ ਤਾਂ ਦਰਬਾਰ ਵਾ ਰਾਜਾ ਸਾਹਿਬ ਦਾ, ਆਓ ਆਪਾਂ ਪੈਦਲ ਚੱਲਦੇ ਆ। ਚੱਲ ਉਧਰ ਪਰੇ ਲਾ ਦਿੰਦੇ ਆ। ਚੱਲ ਜਸ਼ਨ ਪੁੱਤ, ਲਾਗੇ ਆ ਦਰਬਾਰ। ਹਾਂਜੀ ਮੰਮੀ ਚਲੋ ਚਲੋ। ਰਾਜਾ ਸਾਹਿਬ ਹਸਪਤਾਲ ਦੇ ਮੂਹਰੇ ਲਾ ਦੋ ਸਕੂਟਰ, ਇੱਥੇ ਕੋਈ ਡਰ ਵੀ ਨਹੀਂ ਹੈਗਾ। ਚਲੋ ਚਲੋ, ਜੋ ਰਾਜਾ ਸਾਹਿਬ ਨੂੰ ਮਨਜ਼ੂਰ ਆ। ਉਹ ਹੁਣ ਤਾਂ ਪਹੁੰਚ ਗਏ। ਜੈ ਰਾਜੇ ਦੀ। ਰਾਜਾ ਬਲੀ ਕਰਿਓ ਭਲੀ, ਚਾਚੀ ਜੀ ਪੈਰੀ ਪੈਂਦਾ, ਚਾਚਾ ਜੀ ਪੈਰੀ ਪੈਂਦਾ। ਰਾਜੀ ਦਾ, ਰਾਜਾ ਸਾਹਿਬ ਜੀ ਦੀ ਮੇਹਰ ਨਾਲ ਆਪਣਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਚਾਚਾ ਜੀ, ਮੈਂ ਸੁੱਖਿਆ ਸੀ ਜਹਾਜ਼। ਚਲੋ ਫਿਰ ਦਰਬਾਰ। ਚਲੋ ਪੁੱਤ ਚਲੋ। ਰਾਜੇ ਦੇ ਦਰ ਤੇ ਤਾਂ ਭੁੱਖਿਆਂ ਦੇ ਢਿੱਡ ਭਰਦੇ ਆ, ਦੁਖੀਆਂ ਦੇ ਦੁੱਖ ਹਰਦੇ ਆ। ਰਾਜੇ ਦਰ ਟੁੱਕਿਆਂ ਨੂੰ
ਰੋਟੀ ਮਿਲੇ ਭੁੱਖਿਆਂ ਨੂੰ ਰੋਟੀ ਮਿਲੇ ਭੁੱਖਿਆਂ ਨੂੰ ਰਾਜੇ ਦਰ ਟੁੱਕਿਆਂ ਨੂੰ ਰੋਟੀ ਮਿਲੇ ਭੁੱਖਿਆਂ ਨੂੰ ਜ਼ਿੰਦਗੀ ਤੋਂ ਰੁੱਸਿਆਂ ਨੂੰ ਦੁੱਖਾਂ ਵਿੱਚ ਟੁੱਟਿਆਂ ਨੂੰ ਬਲੈਤੀਆ ਸਾਹਿਬ ਓ ਬੱਲੇ 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 ਆ ਵੇ ਲੰਬੜਾ ਕੀ ਹਾਲ ਤੇਰੇ ਬਹੁਤ ਵਧੀਆ ਮੈਂ ਕਿਹਾ ਬਲੈਤੀਆ ਦਾ ਬਈ ਕਿਪਨੇ ਹੀ ਹੋ ਗਿਆ ਕਿਤੇ ਦਿਸਿਆ ਨਹੀਂ ਪਿੰਡ ਵਿੱਚ ਮੈਂ ਅੱਗੇ ਯਾਦ ਕਰਦਾ ਸੀ ਮੈਂ ਕਿਹਾ ਇਸ ਵਾਰ ਲੰਬੜ ਨਹੀਂ ਮਿਲਿਆ ਹੋਰ ਸੁਣਾ ਪਰਿਵਾਰ ਠੀਕ ਸਾਰਾ ਬਸ ਚੜ੍ਹਦੀ ਕਲਾ ਤੁਸੀਂ ਸੁਣਾਓ ਹੋਰ ਕਿਦਾਂ ਬਹੁਤ ਵਧੀਆ ਕਿਰਪਾ ਬਾਹਰੋਂ ਫੋਨ ਫਾਨ ਆ ਜਾਂਦਾ ਰਾਜੇ ਦੀ ਕਿਰਪਾ ਸਭ ਠੀਕ ਠਾਕ ਰਾਜੇ ਦੀ ਮਿਹਰ ਚਾਹੀਦੀ ਆ ਹੋਰ ਸੁਣਾਓ ਬਸ ਵਧੀਆ ਵਧੀਆ ਮੈਂ ਅੱਗੇ ਯਾਦ ਕਰਦਾ ਸੀ ਮੈਂ ਕਿਹਾ ਇਸ ਵਾਰ ਲੰਬੜ ਨਹੀਂ ਮਿਲਿਆ ਯਾਰ ਮੈਂ ਅੱਜ ਬੂਆ ਕੁੱਲਾ ਦੇ ਕੇ ਆ ਗਿਆ ਮੈਂ ਕਿਹਾ ਵੀ ਐਤਕੀ ਬਲੈਤੀਆ ਤਾਂ ਬਿਜ਼ੀ ਆ ਆਪੇ ਜਾ ਕੇ ਮਿਲਣਾ ਪੈਣਾ ਤੇ ਮੈਂ ਤੇਰੇ ਨਾਲ ਗੱਲ ਵੀ ਕਰਨੀ ਸੀ ਮੈਂ ਇਹ ਪੁੱਛਣਾ ਸੀ ਲੰਬੜਾ ਵੀ ਆਪਣੇ ਪਿੰਡ 'ਚ ਸਭ ਤੋਂ ਤਕੜੀ ਖੇਤੀ ਕਿਹਦੀ ਆ ਤਕੜੀ ਯਾਰ ਉਹ ਆਪਣੇ ਜਲਵੰਦਰ ਸਿੰਘ ਦੇ ਮੁੰਡੇ ਨਹੀਂ ਮੇਜਰ ਸਿੰਘ ਤੇ ਬਖਸ਼ੀਸ਼ ਸਿੰਘ ਇੱਕ ਨੰਬਰ ਖੇਤੀ ਅੱਛਾ ਤੇ ਸਭ ਤੋਂ ਘੱਟ ਖੇਤੀ ਕਿਹਦੀ ਆ ਘੱਟ ਯਾਰ ਉਹੀ ਆਪਣਾ ਨੇਕੀ ਹਰਨੇਕ ਹਰਨੇਕ ਕਿਹੜਾ ਜਸਵੰਤ ਦਾ ਆੜੀ ਛੋਟੇ ਹੁੰਦੇ ਇਕੱਠੇ ਤਾਂ ਪੜ੍ਹਦੇ ਨੇ ਅੱਛਾ ਅੱਛਾ ਉਹ ਆਪਾਂ ਇਕੱਠੇ ਪੜ੍ਹਦੇ ਸੀ ਠੀਕ ਹੈ ਉਹਦੇ ਬਾਕੀ ਭਰਾ ਤਾਂ ਪੈਰੀ ਹੋ ਗਏ ਬਸ ਉਹਦੇ ਕੋਲ 6-7 ਕਨਾਲਾਂ ਤੇ 2-4 ਪਸ਼ੂ ਰੱਖਿਓ ਦੁੱਧ ਦੇ ਸਿਰ ਤੇ ਗੁਜ਼ਾਰਾ ਚੱਲਦਾ ਅੱਛਾ ਉਦਾਂ ਰਾਜੇ ਦਾ ਭਗਤ ਪੱਕਾ ਤੇ ਰਾਜੇ ਦੇ ਜਾਂਦਾ ਠੀਕ ਆ ਤੇ ਬੰਦਾ ਬੜਾ ਸਾਊ ਚਲੋ ਵਧੀਆ ਵਧੀਆ ਤੇ ਮੈਂ ਸੋਚਦਾ ਸੀ ਮੈਂ ਵੀ ਗੱਲ ਕਰਨੀ ਸੀ ਬਲੈਤੀਆ ਤੇਰੇ ਨਾਲ ਐਤਕੀ ਫਿਰ ਜ਼ਮੀਨ ਦਾ ਕਿੱਦਾਂ ਕੀ ਸੋਚਿਆ ਸਾਡੇ ਵਾਲੀ ਜ਼ਮੀਨ ਦਾ ਵੰਡ ਵਡਈਆ ਤਾਂ ਗਿਆ ਉਹ ਤੇ ਬਾਕੀ ਤੂੰ ਛੋਟੇ ਜਸਵੰਤ ਨਾਲ ਗੱਲ ਕਰ ਲਈ ਮੈਂ ਵੀ ਉਹਨਾਂ ਗੱਲ ਕਰ ਲੂੰਗਾ ਬਾਕੀ ਤੇਰੇ ਤੇ ਛੱਡੀ ਤੂੰ ਜਿਹਨੂੰ ਮਰਜ਼ੀ ਦੇ ਬੜੇ ਭਾਈ ਤੁਸੀਂ ਮੈਨੂੰ ਇੰਨਾ ਮਾਣ ਦਿੰਦੇ ਆ ਨਹੀਂ ਉਹ ਤਾਂ ਚਲੋ ਆਪਣਾ ਪਿਆਰ ਪਹਿਲਾਂ ਤੋਂ ਹੀ ਬਣਿਆ ਤੇ ਬਾਕੀ ਕੋਈ ਗੱਲ ਨਹੀਂ ਮੈਂ ਛੋਟੇ ਨੂੰ ਜਸਵੰਤ ਨੂੰ ਵੀ ਫੋਨ ਲਾ ਲੈਣਾ ਤੇ ਜਿੱਦਾਂ ਵੀ ਹੋਊਗੀ ਆਪਾਂ ਕਰਕੇ ਐਤਕੀ ਉਹਨੂੰ ਜ਼ਮੀਨ ਦੇ ਦਿੰਦੇ ਆ 2-4 ਸਾਲ ਬਾਲੂਗਾ ਪੈਰੀ ਹੋ ਜਾਊਗਾ ਨਿਆਣੇ ਉਹਦੇ ਛੋਟੇ ਛੋਟੇ ਆ ਕਮਲੇ ਦਾ ਟੱਬਰ ਪਲ ਜੂਗਾ ਚਲੋ ਠੀਕ ਹੈ ਲੰਬੜਾ ਪੜ ਕੇ ਮੈਂ ਤਾਂ ਚਲੇ ਜਾਣਾ ਮੇਰੀ ਹੈਗੀ ਫਲੈਟ ਅੱਛਾ ਤੇ ਤੂੰ ਜਸਵੰਤ ਨਾਲ ਕਰ ਲੈ ਗੱਲ ਬਾਕੀ ਜਿੱਦਾਂ ਉਹ ਕਹੂਗਾ ਆਪਾਂ ਸਾਰੀ ਤੇਰੇ ਤੇ ਛੱਡਤੀ ਤੂੰ ਆਪ ਹੀ ਕਰ ਲੈ ਜਿੱਦਾਂ ਕਰ ਚੱਲ ਠੀਕ ਹੈ ਬਲੈਤੀਆ ਮੈਂ ਹੁਣ ਚੱਲਦਾ ਤੂੰ ਚਾਹ ਤਾਂ ਪੀ ਕੇ ਜਾ ਨਹੀਂ ਚਾਹ ਨਹੀਂ ਤੂੰ ਵੀ ਸਵੇਰ ਜਾਣਾ ਸਵਾਗਤੇ ਨਿਕਲਣਾ ਤੇ ਮੇਰਾ ਵੀ ਭਲ ਕੇ ਕਚਹਿਰੀਆਂ ਕੇਸ ਹੈ ਗਵਾਹੀ ਜੇ ਦੇਣੀ ਆ ਚੱਲ ਚੰਗਾ ਮਿਲਦੇ ਠੀਕ ਆ ਫਿਰ ਹਾਂ ਮੈਂ ਫੋਨ ਕਰ ਦੂੰਗਾ ਚੰਗਾ ਪਾ ਓਕੇ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ
ਲੈ ਵੀ ਜਸਵੰਤ ਨੂੰ ਫੋਨ ਕਰਾਂ ਕੈਨੇਡਾ ਤੇ ਉਹਨਾਂ ਵੀ ਸਲਾਹ ਕਰਕੇ ਗੱਲ ਨੇਕੀ ਦੀ ਲਵੇੜੀ ਮਰੇ। ਜਸਵੰਤ ਕਿੱਦਾਂ ਹਾਲ ਚਾਲ ਸੁੱਤਾ ਪਿਆ ਸੀ? ਉਹ ਨਾ ਨਾ ਬਾਈ, ਮੈਂ ਤਾਂ ਆਫਿਸ ਨੂੰ ਚੱਲਿਆ ਸੀ। ਤੂੰ ਹੋਰ ਸੁਣਾ ਕਿੱਦਾਂ, ਸੁੱਖ ਸਾਂ ਦੇ? ਉਹ ਹਾਂ, ਸਭ ਸੁੱਖ ਸਾਂ ਦੇ। ਮੈਂ ਤਾਂ ਤੇਰੇ ਨਾਲ ਇੱਕ ਸਲਾਹ ਕਰਨੀ ਸੀ। ਐਤਕੀ ਆਪਾਂ ਬੰਤੂ ਤੋਂ ਜ਼ਮੀਨ ਤਾਂ ਲਈ ਛੜਾ, ਫੇ ਐਤਕੀ ਕਿਹਨੂੰ ਦੇਣੀ ਆ? ਕੀ ਸੋਚਿਆ? ਯਾਰ ਵੱਡਾ ਬਾਈ ਤੇਰੇ ਕੋਲ ਆ, ਤੁਸੀਂ ਦੋ ਹੀ ਜਾਣੇ ਸਲਾਹ ਕਰ ਲਿਓ, ਜਿੱਦਾਂ ਤੁਹਾਨੂੰ ਵਧੀਆ ਲੱਗਿਆ ਕਰ ਦਿਓ। ਨਾਲੇ ਮੈਂ ਯਾਰ ਕਿਹੜਾ ਤੁਹਾਡੇ ਤੋਂ ਭੱਜਿਆ ਆ। ਚੱਲ ਠੀਕ ਆ, ਜੇ ਫੇ ਇਹ ਗੱਲ ਆ ਵੀਰਾ, ਫੇ ਮੇਰੀ ਮਨ ਤੇਰਾ ਬਚਪਨ ਦਾ ਦੋਸਤ ਆੜੀ ਨੇਕੀ ਹਰਨੇਕ, ਆਪਾਂ ਉਹਨੂੰ ਨਾ ਦੇ ਦਈਏ ਜ਼ਮੀਨ। ਨੇਕੀ? ਕਿਹੜਾ ਨੇਕੀ? ਓਏ ਉਹੀ, ਉਹ ਬਚਪਨ ਵਿੱਚ ਜਿਹਦੀ ਬੇਬੇ ਦੀਆਂ ਪੱਕੀਆਂ ਆਪਾਂ ਖਾਂਦੇ ਰਹੇ ਆ, ਉਹੀ ਨੇਕੀ। ਅੱਛਾ ਅੱਛਾ, ਯਾਰ ਤੂੰ ਮੈਨੂੰ ਉਹਦਾ ਨੰਬਰ ਦੇਈਂ, ਮੈਂ ਤਾਂ ਸੋਚਿਆ ਉਹ ਕਿਤੇ ਬਾਹਰ ਸੈਟਲ ਹੋ ਗਿਆ। ਓ ਯਾਰ, ਉਹਦੇ ਬਾਕੀ ਭਰਾ ਤਾਂ ਹੋ ਗਿਆ ਪੈਰੀ, ਬਸ ਉਹੀ ਥੋੜਾ ਕਮਜ਼ੋਰ ਰਹਿ ਗਿਆ। ਪੰਜ ਚਾਰ ਪਸ਼ੂ ਰੱਖੇ ਹੋ, ਦੁੱਧ ਤੇ ਗੁਜ਼ਾਰਾ ਆ, ਤੈਨੂੰ ਪਤਾ ਜ਼ਮੀਨ ਤਾਂ ਥੋੜੀ ਸੀ। ਬਾਕੀ ਰਾਜਾ ਸਾਹਿਬ ਜਾਂਦਾ ਮੱਥਾ ਟੇਕਦਾ ਸੇਵਾ ਕਰਦਾ, ਰਾਜੇ ਦਾ ਸ਼ਰਧਾਲੂ ਪੱਕਾ ਆ। ਬਈ ਰਾਜਾ ਸਾਹਿਬ ਦੇ ਦਰ ਤੇ ਜਾਣ ਵਾਲਾ ਕਦੇ ਕੋਈ ਪਿੱਛੇ ਨਹੀਂ ਰਹਿ ਸਕਦਾ। ਤੂੰ ਦੇਖੀ ਉਹਦੇ ਦਿਨ ਫਿਰਦਿਆਂ ਦੇਰ ਨਹੀਂ ਲੱਗਣੀ। ਫਿਰ ਮੈਂ ਉਹਨੂੰ ਪੰਜਾਂ ਮੋਟਰਾਂ ਦੀਆਂ ਚਾਬੀਆਂ ਦੇਣਾ ਤੇ ਉਹਨੂੰ ਕਹਿਣਾ। ਮੈਂ ਤਾਂ ਕਹਿਣਾ ਤੂੰ ਸਾਰੀ ਬਾਹੀ ਉਹਨੂੰ ਦੇ ਦੇ। ਬਸ ਠੀਕ ਆ, ਤੇ ਹਾਲੇ ਦੀ ਫਿਕਰ ਨਾ ਕਰੇ, ਹਾਲਾ ਆਉਣਾ ਜੋ ਬਾਅਦ ਦੇ ਵਿੱਚ। ਉਹ ਕਿਤੇ ਨੀ ਤੇਰੇ ਬੈਂਕ ਦੇ ਵਿੱਚੋਂ ਸਿਫਰੇ ਘੱਟ ਹੋਣ ਲੱਗੇ? ਸ਼ੁਕਰੇ ਸ਼ੁਕਰੇ ਰਾਜੇ ਦਾ, ਬਈ ਉਹਨੇ ਕੋਈ ਕਮੀ ਨਹੀਂ ਛੱਡੀ। ਅਸੀਂ ਦਾਤਾਂ ਮੰਗਦੇ ਥੱਕ ਜਾਂਦੇ ਆ, ਤੇ ਪਰ ਉਹ ਦਿੰਦਾ ਨਹੀਂ ਥੱਕਦਾ। ਰਾਜੇ ਦੇ ਜਾਂਦਾ ਤਾਂ ਕਿਸੇ ਗੱਲ ਦੀ ਘਾਟ ਨੀ, ਉਹ ਆਪੇ ਸਭ ਘਾਟਾਂ ਪੂਰੀਆਂ ਕਰਦਾ। ਚੰਗਾ ਮੈਂ ਫੋਨ ਰੱਖਦਾ, ਤੇ ਬਾਕੀ ਜੇ ਨੇਕੀ ਨੂੰ ਹੋਰ ਵੀ ਕਿਸੇ ਮਦਦ ਦੀ ਲੋੜ ਹੋਈ ਤਾਂ ਤੂੰ ਕਰ ਦੇ, ਆਪਾਂ ਬਾਅਦ ਚ ਦੇਖ ਲਵਾਂਗੇ। ਚੰਗਾ ਫਿਰ ਮੈਂ ਹੁਣ ਫੋਨ ਰੱਖਦਾ ਜਸਵੰਤ ਸਿਆ, ਆਪਣਾ ਖਿਆਲ ਰੱਖੀ। ਚੰਗਾ, ਜੈ ਰਾਜੇ ਦੀ। ਜੈ ਰਾਜੇ ਦੀ। ਆ ਦੇਖੋ ਡੈਡੀ ਮੇਰੀ ਗੱਡੀ। ਤੈਨੂੰ ਕਾਰ ਮਿਲ ਗਈ ਫਿਰ ਪੁੱਤਰਾ? ਜਸ਼ਨ ਪੁੱਤ, ਹਾਂਜੀ, ਰਾਜਾ ਸਾਹਿਬ ਨੇ ਐਵੇਂ ਨਹੀਂ ਕਾਰ ਦਿੱਤੀ, ਇਹਦੇ ਵਿੱਚ ਵੀ ਕੋਈ ਨਾ ਕੋਈ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦਾ ਚਮਤਕਾਰ ਹੈ। ਕੀ ਪਤਾ ਅਗਲੀ ਵਾਰ ਆਪਾਂ ਆਪਣੀ ਕਾਰ 'ਚ ਮੱਥਾ ਟੇਕਣ ਆਈਏ। ਹਾਂਜੀ, ਇਹ ਮੌਕਾ ਤਾਂ ਕਰਮ ਵਾਲਿਆਂ ਨੂੰ ਮਿਲਦਾ। ਸਹੀ ਗੱਲ ਹੈ, ਅਸੀਂ ਕਰਮਾਂ ਵਾਲੇ ਆ ਜਿਹੜੇ ਰਾਜਾ ਸਾਹਿਬ ਦੇ ਸੇਵਾ ਕਰਦੇ ਆ, ਅੱਤ ਭਾਗ ਚੰਗੇ ਨੇ ਸਾਡੇ। ਰਾਜਾ ਬਲੀ ਕਰਿਓ ਭਲੀ, ਰਾਜਾ ਬਲੀ। ਰਾਜਾ ਸਾਹਿਬ ਦੀ ਕਿਰਪਾ ਹੋ ਗਈ ਪੁੱਤਰਾ। ਜਸ਼ਨ ਪੁੱਤ, ਤੇਰੀ ਤਾਂ ਮੌਜ ਲੱਗ ਗਈ। ਹਾਂਜੀ ਮੰਮੀ, ਹੁਣ ਮੈਂ ਹਰੇਕ ਐਤਵਾਰ ਆਇਆ ਕਰਨਾ, ਨਾਲੇ ਸੇਵਾ ਵੀ ਕਰਿਆ ਕਰਨੀ। ਫੇਰ ਮੰਮੀ ਆਪਣੇ ਤੇ ਹੋਰ ਰਹਿਮਤਾਂ ਹੋਇਆ ਕਰਨੀਆਂ ਰਾਜਾ ਸਾਹਿਬ ਜੀ ਦੀਆਂ। ਮੈਂ ਤਾਂ ਅਜੇ ਹੋਰ ਸੇਵਾ ਕਰਨੀ ਸੀ ਜਸ਼ਨ ਦੇ ਡੈਡੀ, ਜੇ ਸਕੂਟਰ ਖਰਾਬ ਨਾ ਹੁੰਦਾ। ਮੇਰਾ ਤਾਂ ਆਉਣ ਨੂੰ ਜਮਾ ਹੀ ਦਿਲ ਨਹੀਂ ਸੀ ਕਰਦਾ। ਚੱਲ ਭਾਗਵਾਨ ਨੇ, ਜਿੰਨੀ ਉਹਨਾਂ ਨੂੰ ਸੇਵਾ ਮਨਜ਼ੂਰ ਸੀ ਉਨੀ ਸੇਵਾ ਉਹਨਾਂ ਨੇ ਲੈ ਲਈ। ਚਲੋ ਜੋ ਰਾਜਾ ਸਾਹਿਬ ਨੂੰ ਮਨਜ਼ੂਰ। ਲੈ ਪੁੱਤ ਡੋਲੂ ਲੈ ਜਾ। ਇਹਨੂੰ ਤਾਂ ਮੈਂ ਬਾਅਦ 'ਚ ਦੇਖਦਾ, ਪਹਿਲਾਂ ਪ੍ਰਸ਼ਾਦ ਕਰ ਲਈਏ ਰਾਜਾ ਸਾਹਿਬ ਜੀ ਦਾ। ਜਸ਼ਨ, ਹਾਂਜੀ, ਆ ਪੁੱਤ ਪ੍ਰਸ਼ਾਦ ਰੱਖ ਕੇ ਆ। ਹਾਂ ਲਿਆਓ ਡੈਡੀ ਜੀ। ਲੈ ਜਾ ਪੁੱਤ, ਲਿਆ ਉਧਰ ਰੱਖ ਕੇ ਆ। ਹੈ? ਅੱਛਾ ਜੀ। ਹਾਂ ਲੈ ਜਸਵੀਰ, ਪਾਣੀ ਧਾਣੀ ਲਿਆ ਭੋਰਾ, ਥੱਕ ਗਿਆ ਅੱਜ ਤਾਂ, ਗੂਟਰ ਰੋੜਦਿਆਂ ਦੀ ਤੋਬਾ ਹੋ ਗਈ। ਓ ਹਰਨੇਕ ਸਿਆ, ਕੌਣ ਆ ਭਾਈ? ਆ ਜਾਓ ਭਾਜੀ, ਜੈ ਰਾਜੇ ਦੀ। ਭੈਣ ਜੀ ਜੈ ਰਾਜੇ ਦੀ।
ਰੇਖਾ ਕਿੱਦਾਂ ਜੈ ਰਾਜੇ ਦੀ? ਜੈ ਰਾਜੇ ਦੀ ਨੰਬਰਦਾਰ ਜੀ, ਆਓ ਕਿਵੇਂ ਆਉਣੇ ਹੋਏ? ਗਿਆ ਸੀ ਕਿਤੇ? ਅਸੀਂ ਰਾਜਾ ਸਾਹਿਬ ਦੇ ਗਏ ਸੀ ਅੱਜ। ਵਾਹ ਜੀ ਵਾਹ, ਰਾਜੇ ਦੀਆਂ ਰਹਿਮਤਾਂ ਹੋ ਗਈਆਂ ਹਰਨੇਕ ਸਿਆ, ਤੇਰੇ ਤੇ ਫੇਰ ਤਾਂ ਹੋ ਗਈਆਂ। ਚਲੋ ਆ ਜਾਓ ਆਪਾਂ ਅੰਦਰ ਬਹਿੰਦੇ ਹਾਂ। ਲੰਬੜਦਾਰ ਸਾਹਿਬ ਬੈਠੋ ਤੁਸੀਂ। ਲੈ ਬਈ ਜਸਵੀਰ, ਲਿਆ ਪਾਣੀ। ਹਾਂਜੀ ਲਿਆਈ। ਹਰਨੇਕ ਸਿਆ, ਰਾਜੇ ਦੇ ਦਰ ਤੋਂ ਆਇਆ ਤੇ ਰਾਜੇ ਦੀ ਸਮਝ ਲੈ, ਤੇਰੇ ਤੇ ਮਿਹਰ ਹੋ। ਭਾਜੀ ਲਓ ਪਾਣੀ। ਬਹਿ ਜਾ ਭੈਣ ਤੂੰ ਵੀ। ਆਪਣੇ ਪਿੰਡ ਦੇ ਸਰਦਾਰ ਨੀ ਬਾਹਰਲੇ ਬੰਨੇ ਕੋਠੀ? ਉਹ ਯਾਰ ਜਸਵੰਤ ਕਦੋਲਾ ਤੇਰਾ ਆੜੀ, ਅਸੀਂ ਇਕੱਠੇ ਖੇਡਦੇ ਰਹੇ ਆ। ਉਹਨਾਂ ਦਾ ਭਰਾਵਾਂ ਭਰਾਵਾਂ ਦਾ ਬੰਡ ਬੜਈਆ ਹੋ ਗਿਆ ਤੇ ਉਹਨਾਂ ਦੀ ਜ਼ਮੀਨ ਪਹਿਲਾਂ ਤੋਂ ਬੰਤੂ ਬਹੁੰਦਾ ਸੀ ਕਈ ਸਾਲਾਂ ਦਾ। ਐਤਕੀ ਉਹਨਾਂ ਭਰਾਵਾਂ ਨੇ ਫੈਸਲਾ ਕੀਤਾ ਕਿ ਜ਼ਮੀਨ ਉਹਤੋਂ ਲੈ ਲੈਣੀ ਆ। ਖੈਰ ਦੋਈ ਭਾਈ ਮੇਰਾ ਬੜਾ ਮਾਣ ਕਰਦੇ, ਮੈਨੂੰ ਹਰ ਸਲਾਹ ਦੇ ਵਿੱਚ ਨਾਲ ਰੱਖਦੇ। ਮੈਨੂੰ ਪੁੱਛਣ ਲੱਗੇ ਤੇ ਐਤਕੀ ਲੰਬੜਦਾਰ ਸਾਹਿਬ, ਤੁਸੀਂ ਦੇਖ ਲਓ ਜ਼ਮੀਨ ਕਿਹਨੂੰ ਦੇਣੀ ਆ। ਲੈ ਵੀ ਧਰਮ ਨਾ, ਤੂੰ ਰਾਜੇ ਦਿਓ ਆਇਆ, ਮੇਰੇ ਦਿਮਾਗ ਦੇ ਵਿੱਚ ਹਰਨੇਕ ਸਿਆ ਤੇਰਾ ਹੀ ਖਿਆਲ ਆ ਭਾਈ। ਇੰਨੇ ਸਾਲਾਂ ਦਾ ਤੂੰ ਰਾਜਾ ਸਾਹਿਬ ਦੇ ਦਰਬਾਰ ਜਾ ਕੇ ਸੇਵਾ ਕਰਦਾ ਤੇ ਕਹਿ ਲਾ ਭਾਈ ਰਾਜਾ ਸਾਹਿਬ ਦਾ ਹੁਣ ਫਲ ਦੇਣ ਦਾ ਟਾਈਮ ਆ ਗਿਆ ਤੇ ਮੈਂ ਬੜਾ ਚੰਗਾ ਸੁਨੇਹਾ ਲੈ ਕੇ ਆਇਆ। ਉਹਨਾਂ ਦੇ ਜਿਹੜੇ 25 ਕਿੱਲੇ ਆ ਨਾ ਬਾਹਰਲੇ ਪਾਸੇ ਕੋਠੀ ਦੇ, 5 ਮੋਟਰਾਂ ਲੱਗੀਆਂ, ਉਹ ਐਤਕੀ ਨੇਕੀ ਜ਼ਮੀਨ ਤੈਨੂੰ ਦੇ ਦੇਣੀ ਆ ਤੇ ਉਹ ਜ਼ਮੀਨ ਤੂੰ ਵਾਏਗਾ। ਲੰਬੜਦਾਰ ਜੀ, ਤੁਹਾਨੂੰ ਪਤਾ ਹੈ ਆਹੀ ਮੈਂ ਤਾਂ 5-7 ਡੰਗਰ ਰੱਖ ਕੇ 5-7 ਕਨਾਲਾਂ ਦੀ ਖੇਤੀ ਜੋਗਾ। ਮੇਰਾ ਤਾਂ ਟਰੈਕਟਰ ਵੀ ਬਹੁਤ ਛੋਟਾ ਜਿਹਾ। ਜੇ ਮੇਰੇ ਤੋਂ ਨਾ ਹੋਈ ਵੀ ਰਿਹਾ ਫੇਰ ਆ ਤੇਰਾ ਮੂੰਹ ਵੀ ਬੁਰਾ ਪਊਗਾ। ਕੋਈ ਨੀ ਕੋਈ ਨੀ ਭਾਜੀ, ਜ਼ਰੂਰ ਕਰਾਂਗੇ। ਮਸਾਂ ਤਾਂ ਰਾਜਾ ਸਾਹਿਬ ਦੀ ਮਿਹਰ ਹੋਈ ਆ ਸਾਡੇ ਤੇ, ਇਹ ਤਾਂ ਚੌਂਕ ਨਾਲਾਂ 'ਚ ਸਬਰ ਕਰਕੇ ਬੈਠੇ ਨੇ। ਕੋਈ ਨੀ ਕੋਈ ਨੀ, ਕਿੱਥੇ ਇਹਨੂੰ ਕੀ ਪਤਾ, ਹਾਲਾ ਵੀ ਦੇਣਾ ਤੇ ਗਾਹਾਂ ਸਪਰੇਅ ਖਾਦ ਵੀ ਚਾਹੀਦਾ ਤੇ ਸਾਂਝੀ ਸੂੰਝੀ ਵੀ ਰੱਖਣਾ ਕੋਈ ਸੀਰੀ, ਤੇ ਇਹਨੂੰ ਕੀ ਪਤਾ ਵੀ ਕਿੰਨਾ ਕੁਛ ਕਰਨਾ। ਇਹ ਤਾਂ ਵੀਰ ਕਿਤੇ ਇਹ ਨਾ ਹੋਵੇ ਮੈਂ ਕਰਜਈ ਹੋ ਜਾਵਾਂ ਕਿ ਤੁਹਾਡਾ ਮੂੰਹ ਵੀ ਬੁਰਾ ਪੈ ਜਾਵੇ। ਉਹ ਗੱਲ ਸੁਣ, ਜੇ ਰਾਜੇ ਦੇ ਜਾਨਾ ਹੈ ਨਾ ਤੇ ਉਹਦੇ ਤੇ ਯਕੀਨ ਵੀ ਰੱਖਿਆ ਕਰ, ਉਹਨੇ ਤੇਰੀ ਬਾਂਹ ਫੜੀ ਆ ਤਾਂ ਉਹ ਇੱਦਾਂ ਤੈਨੂੰ ਡੋਲਣ ਨਹੀਂ ਦਿੰਦਾ। ਰਹੀ ਗੱਲ ਹਾਲੇ ਦੀ, ਉਹ ਗੱਲ ਮੈਂ ਪਹਿਲਾਂ ਹੀ ਉਹਨਾਂ ਨਾਲ ਕਲੀਅਰ ਕਰਕੇ ਆਇਆ ਕਿ 1 ਸਾਲ ਤੈਨੂੰ ਹਾਲਾ ਨਹੀਂ ਪੁੱਛਣਗੇ। ਖਾਦ ਤੇ ਬੀਜ ਦੀ ਗੱਲ ਆ, ਉਹ ਤੈਨੂੰ ਪਿੰਡ ਦੀ ਬੈਂਕ ਦੀ ਸੁਸਾਇਟੀ ਤੋਂ ਮੈਂ ਚੁਕਾਉਣਾ ਤੇ ਫਿਰ ਤੈਨੂੰ ਡਰ ਕਾਹਦਾ, ਟੈਨਸ਼ਨ ਕਾਹਦੀ ਆ। ਤੂੰ ਹੌਸਲਾ ਰੱਖ, ਮੇਰੀ ਗੱਲ ਮੰਨ, ਰਾਜਾ ਸਾਹਿਬ ਦਾ ਨਾਂ ਲੈ ਕੇ ਤਕੜਾ ਹੋ ਕੇ ਭੈਣੇ ਨੂੰ ਕਹਿ ਭਲ ਕੇ ਮੇਰੇ ਕੋਠੀ ਆਵੇ ਤੇ 5 ਮੋਟਰਾਂ ਦੀਆਂ ਚਾਬੀਆਂ ਮੇਰੇ ਤੋਂ ਚੱਕ ਤੇ ਬਾਕੀ ਦੀ ਗੱਲਬਾਤ ਮੈਂ ਤੈਨੂੰ ਸਮਝਾ ਦੂੰਗਾ। ਤੇ ਖੇਤੀ ਕਰ, ਤੂੰ ਕਹਿ ਲਾ ਵੀ ਰਾਜਾ ਸਾਹਿਬ ਨੇ ਤੇਰੀ ਸੁਣ ਲਈ ਤੇ ਹੁਣ ਤੁਹਾਡੇ ਦਿਨ ਬਦਲਣ ਵਾਲੇ ਆ। ਨਾਲੇ ਇਹੀ ਹਾਲਾਤਾਂ 'ਚ ਥੋੜ੍ਹੀ ਰਹਿਣਾ, ਗਾਂ ਨਿਆਣੇ ਤਕੜੇ ਹੁੰਦੇ ਆ, ਨਿਆਣਿਆਂ ਨੂੰ ਪੜ੍ਹਾਉਣਾ ਲਿਖਾਉਣਾ ਵੀ ਆ ਨਾ। ਚੰਗਾ ਵੇ ਹਰਨੇਕ ਸਿਆ, ਜੈ ਰਾਜੇ ਦੀ। ਜੈ ਰਾਜੇ ਦੀ ਭਾਜੀ, ਆ ਜੀ ਭਲ ਕੇ ਫੇ। ਠੀਕ ਆ ਜੀ ਲੰਬੜਦਾਰ ਸਾਹਿਬ। ਲੰਬੜਦਾਰ ਸਾਹਿਬ ਤਾਂ ਰਾਜਾ ਜੀ ਨੇ ਆਪਣੇ ਘਰ ਰੱਬ ਬਣਾ ਕੇ ਭੇਜੇ ਨੇ। ਸ਼ੁਕਰ ਆ ਸਾਡੇ ਤੇ ਵੀ ਰਾਜਾ ਸਾਹਿਬ ਦੀ ਮਿਹਰ ਹੋਣ ਲੱਗੀ ਹੈ, ਸਾਡੇ ਵੀ ਦਿਨ ਫਿਰਨਗੇ। ਤੂੰ ਵੀ ਦਿਲ ਨਾ ਥੋੜਾ ਕਰਿਆ ਕਰ, ਆਪੇ ਰਾਜੇ ਦੀ ਮਿਹਰ ਹੋ ਜਾਣੀ ਆ। ਜੈ ਰਾਜਾ ਸਾਹਿਬ ਦੀ। ਜੈ ਰਾਜਾ ਸਾਹਿਬ ਦੀ। ਧੰਨ ਧੰਨ 108 ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ, ਰਾਜਾ ਵਲੀ ਕਰਿਓ ਜੀ ਭਲੀ। ਏਕੰਕਾਰ ਸਤਿਗੁਰ ਪ੍ਰਸਾਦ, ਅੱਥ ਭਗਵਾਨ ਵਿਲਾਸ, ਸੁਖ ਨਾਲ ਸਾਰ ਕਿਰਤ ਬਾਬਾ ਭਗਵਾਨ ਦਾਸ। ਮੌਜ ਦਿਲ ਦਰਵੇਸ ਨਿਰਪੱਖ ਲਿਖਤੇ, ਮੌਜ ਦਿਲ ਦਰਵੇਸ਼ ਨਿਰਪੱਖ ਲਿਖਤੇ, ਦੋਹਰਾ ਆਦ ਅੰਤ ਮਦ ਪੂਰਨ ਓਂਕਾਰ ਮਮ
रूप। मम्मी की करदे सी? पुत, मैं राजा साहब जी द्वारा रचित भगवान बलास जी का पाठ करके हटी हाँ। मम्मी भुख लगी आ, रोटी दे दो। तू पुत कपड़े बदल, मैं तेनों हुणे ही रोटी दिनी हाँ। अच्छा मम्मी जी। राजा जी दिया रहमत हो गया। राजा जी, आज तुसी नेकी तो हरनेक से बनाता, थोड़िया रहमत हो गया। राजा जी, जय राजे दी। चल भी नेक से चलिए फिर। वाह राजा साहब, तुसी तो मेरे ते रहमत करती हैं। जे किते इत्थे लंबड़दार जी नूं मसीहा बना के मेरे घर ना भेज दे, पर सरदारनी भी हल्ला शेरी ना दंदी। मैं तां गलियां दे कखां वर्गा सी, मैं इन्ने जोगा किथे होना सी कि मैं आड़तियां कोलों इन्ने पैसे लैके जावां। हे राजा साहब, तुसी तां मैनूं कखां चों चक के लखां दा करता। जय राजा साहब। लंबड़दार साहब दे घरे पहलां हाला पहुंचदा करां। जय राजे दी। राजे दियां रहमतां दी कोई थोड़ना, राजे दियां रहमतां दी कोई थोड़ना, राजे दियां रहमतां दी कोई थोड़ना, राजे दियां रहमतां दी कोई थोड़ना। लंबड़दार जी, करी हो? ओ आजा हरनेक से नंगे नंगिया। ओ किदां किदां, क्या हाल चाल? ठीक ठाक लंबड़दार साहब। किदा तेरी फसल बाड़ी किदा? पूरी राजा जी दी मेरा, इन्नी कृपा होगी ना, बस हुण तां नंबरदार जी थोड़ा धन्नवाद कर दे। ओ धन्नवाद ओ सरकार दा कर, राजा साहब मजारे वालियां दा कर। ओ तां राजा साहब ने सानू तुसी रब बना के भेजे हो। आ बड़े नोट नाट चक्की फिरदा। मैं सोचिया लंबड़दार जी दा नाले तां धन्नवाद करके आवां ते सानू कखां वालियां नू लखां वाले बनाता। ओ लखां वाले बनाउण वाला मेरा सतगुर राजा साहब है, जिन्हां दे तू इन्ने सालां दी सेवा करदा सी, दरबार ते जांदा सी, अज मालक ने तेरी सुन ली ते करन करौण वाला उह आपे ही आ बई, बंदियां दे रूप विच आउंदा ते उह अपना कम करके चले जांदा, इह तां ऐवें ही मेरे वर्गे नूं माण हो जांदा। बाकी करन वाले तां उह सरकार राजा साहब ही आ। राजा साहब थोड़े वर्गे भले बंदियां नूं इह भेजदा साडे कोल। ओ मालक, ठीक है जी, मालक आ तुसीं अपना हाला सांभो, दे दिओ बलैत वालिआं नूं। चल इह वी चंगा कीता, बाकी तेरा इन सर पुज गया, सैट आ कम। राजा साहब ने तां थोनू दस्या कखां वालिआं नूं लखां वाले बना के गड्डियां वाले भी बना देना। ਮੈਂ ਬੜੀ ਮਾਲਕ ਦੀ ਮਿਹਰ ਹੋ ਗਈ ਫਿਰ। ਫਸਲ ਵੀ ਪੂਰੀ ਪਰਮਾਤਮਾ ਦੀ ਕਿਰਪਾ ਨਾਲ ਕਾਇਮ ਆਪਣੀ। ਬਹੁਤ ਵਧੀਆ ਬਹੁਤ ਵਧੀਆ। ਚੱਲ ਮੈਂ ਜਸਵੰਤ ਬਾਈ ਨੂੰ ਹਾਲਾ ਉੱਪਰ ਦਾ ਕਰ ਦਿੰਦਾ, ਉਹਨੂੰ ਫੋਨ ਮਾਰਦਾ, ਤੇ ਬੜੀ ਖੁਸ਼ੀ ਹੋਈ ਯਾਰ। ਨਾਲੇ ਮੇਰੇ ਕੰਨਿਓ ਵੀ ਉਹਨਾਂ ਦਾ ਧੰਨਵਾਦ ਕਰ ਦਿਓ। ਕੋਈ ਨਹੀਂ, ਜ਼ਰੂਰ ਕਰੂੰਗਾ। ਅੱਛਾ ਬੈਠ ਫਿਰ, ਮੈਂ ਨਾ ਲੱਸੀ ਦਾ ਘੁੱਟ ਲਿਆਉਣਾ। ਨਹੀਂ ਨਹੀਂ, ਤੁਹਾਨੂੰ ਪਤਾ ਵੀ ਹੁਣ ਕੰਮ
ਰਾਜਾ ਸਾਹਿਬ ਦੀ ਕਿਰਪਾ ਨਾਲ ਪੂਰੇ ਵਧੀਆ ਚੱਲਦੇ ਨੇ, ਫਿਰ ਉਹਨਾਂ ਦੀ ਦੇਖ ਰੇਖ ਕਰਨੀ ਪੈਂਦੀ ਹੈ। ਇਹ ਤਾਂ ਵਈ ਹੈ, ਤੁਸੀਂ ਸਾਡੀ ਫਸਲ ਦੇ ਵਿੱਚ ਗੇੜਾ ਜ਼ਰੂਰ ਮਾਰ ਕੇ ਆਏ। ਫਸਲ ਤੇ ਪੌਦਾ ਕਹਿੰਦੇ ਖਿਆਲ ਰੱਖਣਾ ਪੈਂਦਾ, ਪੁੱਤਾਂ ਵਾਂਗੂ ਪਾਲਣੀ ਪੈਂਦੀ ਹੈ। ਚੱਲ ਕੋਈ ਨਹੀਂ, ਫਿਰ ਬਹਿੰਦੇ ਹਾਂ ਕਿਸ ਦਿਨ ਆਪਾਂ। ਚੰਗਾ ਹੈ, ਚੰਗਾ ਜੀ, ਚੰਗਾ ਨੇਕ ਸਾਹਿਬ। ਮੈਂ ਤਾਂ ਕਹਿੰਦਾ ਆ ਜਾ, ਦੋ ਘੰਟ ਪੀ ਲੈਂਦਾ ਲੱਸੀ ਦੇ। ਨਹੀਂ ਜੀ ਨਹੀਂ, ਹੁਣ ਜੈ ਰਾਜ ਜੀ। ਜੈ ਰਾਜ ਜੀ, ਜੈ ਰਾਜ। ਵਾਹ ਜੀ ਰਾਜਾ ਬਲੀ, ਤੇਰੇ ਰੰਗ ਨਿਆਰੇ। ਆਹ ਨੇਕ ਸਿਓ, ਆ ਦੇਖਣ ਦੀਆਂ ਗੱਲਾਂ ਆ। ਵਿਚਾਰਾ ਗਲੀਆਂ ਦੇ ਕੱਖਾਂ ਵਾਂਗੂ ਰੁਲਿਆ ਫਿਰਦਾ ਸੀ, ਅੱਜ ਤੁਸੀਂ ਐਸੀ ਰੇਖ ਚ ਮੇਕ ਮਾਰੀ, ਅੱਜ ਕੱਖਾਂ ਤੋਂ ਲੱਖਾਂ ਵਾਲੇ ਕਰਤਾ ਰਾਜਾ ਜੀ। ਮੇਰੇ ਰਾਜਾ ਬਲੀ, ਏਦਾਂ ਹੀ ਸਭ ਦੇ ਸੁੱਤੇ ਭਾਗ ਚ ਗਏ। ਜੈ ਰਾਜੇ ਜੀ। ਕਿੱਦਾਂ ਲੱਗੀ ਗੱਡੀ ਸਰਦਾਰ ਜੀ? ਖਰਾ ਹੀ ਸੋਨਾ ਆ ਜੀ। ਗੱਡੀ ਤਾਂ ਪੂਰੀ ਪਸੰਦ ਆਈ ਆ ਮੁੰਡਿਆ। ਲੈ ਇੱਕ ਗੱਲ ਆ, ਤੇ ਤੇਰੇ ਯਕੀਨ ਤੇ ਲੈਣ ਲੱਗਿਆ, ਆਹ ਲੈ ਫੜ ਪੈਸੇ। ਪੂਰੇ ਹੀ ਆ ਜੀ? ਪੈਸੇ ਮੇਰੇ ਕੰਨੀ ਹੋ ਗਿਣੇ ਹੋਏ ਆ, ਪਰ ਤੂੰ ਆਪਣਾ ਹੱਥ ਮਾਰ। ਚਲੋ ਠੀਕ ਹੈ ਜੀ, ਬਹੁਤ ਵਧੀਆ, ਕੋਈ ਨਹੀਂ। ਆ ਲਓ ਸਰਦਾਰ ਜੀ, ਗੱਡੀ ਦੀ ਚਾਬੀ ਤੇ ਗੱਡੀ ਹੋਈ ਤੁਹਾਡੀ ਸਰਦਾਰ ਜੀ। ਜੈ ਰਾਜੇ ਦੀ। ਜਸਵੀਰ ਕੌਰ ਨੂੰ ਫੋਨ ਕਰਦਾ। ਨੀ ਭੈਣੇ, ਉਹਦਾ ਤਾਂ ਜਮਾ ਹੀ ਸਰਿਆ ਪਿਆ, ਐਡੀ ਪਲੇਟ ਪਕੌੜਿਆਂ ਦੀ ਭਰ ਲੈਂਦੀ ਆ ਨਾ। ਉਹ ਤਾਂ ਕਹਿੰਦੀ ਇੱਕ ਗੋਲੀ ਖਾ ਕੇ ਤੁਰ ਪਈਦਾ ਆ। ਪਹਿਲਾਂ ਫੋਨ ਸੁਣ ਲਓ, ਫਿਰ ਕਰਦੇ ਆ ਆਪਾਂ ਗੱਲਾਂ ਉਹਨਾਂ ਦੀਆਂ। ਹੈਲੋ ਜਸਵੀਰ ਕੁਰੇ, ਰਾਜੇ ਦੀ ਮਿਹਰ ਹੋ ਗਈ। ਦਰਬਾਰ ਵਿੱਚ ਗੱਡੀ ਲੈ ਕੇ ਜਾਓ, ਉੱਥੇ ਆਪਾਂ ਮੱਥਾ ਟੇਕਣਾ, ਰਾਜਾ ਸਾਹਿਬ ਦਾ ਸ਼ੁਕਰਾਨਾ ਕਰਨਾ। ਠੀਕ ਆ, ਫਿਰ ਮੈਂ ਨਾ ਰਾਜਾ ਸਾਹਿਬ ਦੇ ਪਹਿਲਾਂ ਮੱਥਾ ਟੇਕ ਕੇ ਆਉਣਾ। ਚੱਲ ਫਿਰ ਆਪਾਂ ਬਾਅਦ ਚ ਜਾਵਾਂਗੇ। ਹਾਂ ਹਾਂ ਹਾਂ, ਫਿਰ ਮੈਂ ਤਕਾਲਾ ਨੂੰ ਦਿਖਾਉਣਾ ਗੱਡੀ ਆ ਕੇ। ਠੀਕ ਹੈ ਠੀਕ ਹੈ। ਚੰਗਾ ਫਿਰ, ਜੈ ਰਾਜੇ ਦੀ। ਜੈ ਰਾਜੇ ਦੀ, ਜੈ ਰਾਜੇ ਦੀ। ਨੀ ਭੈਣ ਜਸਵੀਰ ਕੋਰੇ, ਜੈ ਰਾਜਾ ਸਾਹਿਬ। ਵਧਾਈਆਂ ਕਾਹਦੀਆਂ ਮਿਲਦੀਆਂ ਆ? ਨੀ ਭੈਣੇ, ਜਸ਼ਨ ਦੇ ਡੈਡੀ ਨੇ ਗੱਡੀ ਲਈ ਆ ਨਵੀਂ। ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਭੈਣੇ, ਰਾਜਾ ਸਾਹਿਬ ਦੀ ਕਿਰਪਾ ਹੋ ਗਈ। ਭੈਣ ਜੀ, ਰਾਜਾ ਸਾਹਿਬ ਸਭ ਨੂੰ ਵਧਾਵੇ, ਜਿੱਦਾਂ ਸਾਡੇ ਪਰਿਵਾਰ ਤੇ ਮਿਹਰ ਕੀਤੀ ਆ, ਸਭ ਤੇ ਮਿਹਰ ਭਰਿਆ ਹੱਥ ਰੱਖੇ। ਸੱਚੀ ਭੈਣੇ, ਰਾਜਾ ਸਾਹਿਬ ਦੀਆਂ ਰਹਿਮਤਾਂ ਪੂਰੀ ਦੁਨੀਆਂ ਤੇ ਆ। ਰਾਜਾ ਸਾਹਿਬ ਤਾਂ ਬਹੁਤ ਬਿਆੰਤ ਆ, ਸਾਨੂੰ ਫਰਿਆਦਾਂ ਹੀ ਨਹੀਂ ਕਰਨੀਆਂ ਆਉਂਦੀਆਂ। ਸਹੀ ਗੱਲ ਆ ਭੈਣ ਜੀ, ਜੈ ਰਾਜਾ ਸਾਹਿਬ ਦੀ। ਅਸੀਂ ਜਾਣਾ ਰਾਜਾ ਸਾਹਿਬ ਦੇ ਦਰ, ਅਸੀਂ ਜਾਣਾ ਰਾਜਾ ਸਾਹਿਬ ਦੇ ਦਰ, ਜਿੱਥੇ ਜਾ ਕੇ ਸਭ ਦੁੱਖ ਜਾਂਦੇ ਹਰ। ਅਸੀਂ ਜਾਣਾ ਰਾਜਾ, ਅਸੀਂ ਜਾਣਾ ਰਾਜਾ ਸਾਹਿਬ ਦੇ ਦਰ। ਰਾਜਾ ਬਲੀ ਕਰਿਓ ਬਲੀ, ਰਾਜਾ ਬਲੀ ਕਰਿਓ ਬਲੀ, ਜਰਾ ਰੁਕਿਓ ਭਾਈ ਸਾਹਿਬ। ਹਾਂ ਭਾਈ ਸਿੰਘਾ। ਜੈ ਰਾਜੇ, ਜੈ ਰਾਜੇ। ਭਾਈ ਸਾਹਿਬ ਜੀ, ਮੈਂ ਅਰਦਾਸ ਕਰਾਉਣੀ ਹੈ ਜੀ। ਮੈਂ ਨਾ ਆਹ ਗੱਡੀ ਲਈ ਹੈ ਜੀ, ਤੁਸੀਂ ਅਰਦਾਸ ਕਰ ਦਿਓ ਬਾਬਾ ਜੀ।
ਭਾਈ ਸਿੰਘਾ ਤੇਰਾ ਨਾਂ ਕੀ ਹੈ? ਮੇਰਾ ਨਾਮ ਹਰਨੇਕ ਸਿੰਘ ਆ ਜੀ। ਤਾਂ ਤਾਂ ਰਾਜਾ ਸਾਹਿਬ ਮਹਾਰਾਜ ਜੀ ਆ ਵੀ ਸ਼ਰਧਾਲੂ ਪਰੇ ਤੋਂ ਪਰੇ ਬੈਠੇ ਹਨ। ਕੱਲ ਇੱਕ ਜੱਟ ਵੀਰ ਟਰੈਕਟਰ ਟਰਾਲੀ ਰਾਜਾ ਸਾਹਿਬ ਦਰਬਾਰ ਤੇ ਚੜਾ ਕੇ ਗਿਆ ਹੈ। ਵਾਹਿਗੁਰੂ ਸਤਨਾਮ, ਸ਼੍ਰੀ ਵਾਹਿਗੁਰੂ ਇੱਕੋ ਓਂਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ 108 ਸ਼੍ਰੀ ਨਾਮ ਕਬਲ ਰਾਜਾ ਸਾਹਿਬ ਮਹਾਰਾਜ ਜੀ ਆ ਵੀ ਦਰਕਰ ਦੇ ਪੀਤਵਾਨ ਮਹਾਰਾਜ ਜੀ ਭਾਈ ਸਾਹਿਬ ਭਾਈ ਹਰਨੇਕ ਸਿੰਘ ਜੀ, ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਆਪ ਜੀ ਦੀ ਹਜ਼ੂਰੀ ਅੰਦਰ ਆਪ ਜੀ ਵਾਸਤੇ ਆਪ ਜੀ ਸੇਵਾ ਵਾਸਤੇ ਗੱਡੀ ਚੜ੍ਹਾਈ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਜੀ, ਕਿਰਪਾ ਕਰਨੀ, ਮਿਹਰ ਕਰਨੀ ਮਹਾਰਾਜ ਜੀ। ਉਹ ਬੱਚਿਆਂ 'ਤੇ ਮਿਹਰ ਭਰਿਆ ਥੱਕਣੇ, ਪਰਿਵਾਰ 'ਤੇ ਮਿਹਰ ਭਰਿਆ ਥੱਕਣੇ, ਕਿਰਤ ਕਮਾਈਆਂ ਸਫਲਾ ਕਰਨੀਆਂ ਜੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪ ਕਿਰਪਾ ਕਰਨੀ, ਮਿਹਰ ਕਰਨੀ ਮਹਾਰਾਜ ਜੀ। ਆਪ ਜੀ ਪਰਿਵਾਰ ਵੱਲੋਂ ਪਾਤਸ਼ਾਹੀ ਆਪ ਜੀ ਹਜ਼ੂਰੀ ਅੰਦਰ ਨਾ ਕੁਲ ਰਾਜਾ ਸਾਹਿਬ ਮਹਾਰਾਜ ਜੀ ਆਪ ਜੀ ਹਜ਼ੂਰੀ ਵਿੱਚ ਗੱਡੀ ਚੜ੍ਹਾਈ ਹੈ। ਮਹਾਰਾਜ ਜੀ ਆਪ ਕਿਰਪਾ ਕਰਨੀ, ਮਿਹਰ ਕਰਨੀ ਮਹਾਰਾਜ ਜੀ। ਧੰਨ ਧੰਨ ਰਾਜਾ ਸਾਹਿਬ ਮਹਾਰਾਜ ਜੀ, ਧੰਨ ਧੰਨ ਰਾਜਾ ਸਾਹਿਬ ਮਹਾਰਾਜ ਜੀ, 108 ਸ਼੍ਰੀ ਨਾ ਕੁਲ ਰਾਜਾ ਸਾਹਿਬ ਮਹਾਰਾਜ ਜੀ। ਰਾਜਾ ਬਲੀ ਕਰੋ ਭਲੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਵੀ ਭਾਈ ਸਿੰਘਾ, ਹੋ ਗਈ ਅਰਦਾਸ। ਕੀ ਗੱਲ ਭਾਈ ਸਿੰਘਾ, ਬੜਾ ਪਰੇਸ਼ਾਨ ਹੈ, ਉਦਾਸ ਹੈ, ਕੀ ਗੱਲ ਹੋਈ? ਕੁਛ ਨਹੀਂ ਹੋਇਆ ਬਾਬਾ ਜੀ, ਮੈਂ ਤਾਂ ਰਾਜੇ ਦੇ ਦਰਬਾਰ ਗੱਡੀ ਦਾ ਮੱਥਾ ਟਿਕਾਉਣ ਆਇਆ ਸੀ। ਤੁਸੀਂ ਭੁਲੇਖੇ ਨਾਲ ਰਾਜਾ ਸਾਹਿਬ ਜੀ ਦੇ ਗੱਡੀ ਚੜ੍ਹਾਉਣ ਦੀ ਅਰਦਾਸ ਕਰ ਦਿੱਤੀ। ਕੋਈ ਗੱਲ ਨਹੀਂ ਭਾਈ ਸਿੰਘਾ, ਆਪਾਂ ਰਾਜਾ ਸਾਹਿਬ ਦੇ ਫਿਰ ਅਰਦਾਸ ਕਰਕੇ ਭੁੱਲ ਬਖਸ਼ਾ ਲੈਂਦੇ ਹਾਂ। ਨਾਨਾ ਸਿੰਘ ਜੀ, ਇਹ ਤਾਂ ਰਾਜਾ ਸਾਹਿਬ ਦੀ ਮੌਜ ਆ, ਉਹਨਾਂ ਨੇ ਮੈਨੂੰ ਗੱਡੀ ਵਾਲਾ ਕੀਤਾ ਸੀ, ਹੁਣ ਅਰਦਾਸ ਨੂੰ ਬਦਲਿਆ ਨਹੀਂ ਜਾ ਸਕਦਾ। ਮੈਂ ਪਾਪੀ ਇੰਨੇ ਜੋਗਾ ਕਿੱਥੇ ਕਿ ਐਡੀ ਵੱਡੀ ਸੇਵਾ ਕਰ ਦਵਾਂ। ਜੇ ਉਹਨੇ ਚਾਹਿਆ ਤਾਂ ਆਪੇ ਹੋਰ ਦੇ ਦੂਗਾ ਗੱਡੀ। ਜੈ ਰਾਜਾ ਜੀ। ਜੈ ਰਾਜਾ ਜੀ। ਜੈ ਰਾਜਾ ਸਾਹਿਬ ਜੀ। ਰਾਜਾ ਸਾਹਿਬ ਜੀ, ਤੇਰੇ ਰੰਗ ਨਿਆਰੇ ਨੇ, ਤੇਰੀਆਂ ਤੂੰ ਹੀ ਜਾਣੇ। ਜੈ ਰਾਜਾ ਸਾਹਿਬ ਜੀ। ਚਲੋ ਚੱਲਦਿਆਂ, ਰਾਜਾ ਸਾਹਿਬ ਦੀ ਮੌਜ ਆ, ਪਰ ਘਰ ਸਰਦਾਰ ਨਹੀਂ ਜਾ ਕੇ ਮੈਂ ਕੀ ਕਹੂੰਗਾ? ਕਹਿ ਦੂੰ ਮੈਂ, ਰਾਜਾ ਸਾਹਿਬ ਦੀ ਮੌਜ ਹੋ ਗਈ, ਜੋ ਰਾਜਾ ਸਾਹਿਬ ਨੂੰ ਮਨਜ਼ੂਰ ਸੀ। ਜਿੱਦਣ ਰਾਜਾ ਸਾਹਿਬ ਦੀਆਂ ਰਹਿਮਤਾਂ ਹੋ ਗਈਆਂ, ਆਪਾਂ ਨੂੰ ਵੱਡੀ ਗੱਡੀ ਦੇ ਦੇਣਗੇ। ਜੈ ਰਾਜੇ ਦੀ। ਚਲੋ ਮੈਂ ਤਾਂ ਖੁਸ਼ੀ ਖੁਸ਼ੀ ਘਰ ਨੂੰ ਜਾਊਂਗਾ, ਅੱਜ ਸੇਵਾ ਮਿਲ ਗਈ ਸਾਨੂੰ। ਚੱਲਦਿਆਂ ਜਸਵੀਰ ਨੂੰ ਕਹਿ ਦੂੰ ਜਾ ਕੇ, ਸਰਦਾਰਨੀਏ ਚਿੰਤਾ ਨਾ ਕਰ, ਰਾਜਾ ਜੀ ਦੇ ਘਰੋਂ ਤਾਂ ਆਪਾਂ ਨੂੰ ਇੰਨਾ ਕੁਛ ਮਿਲ ਗਿਆ, ਆਪਾਂ ਨੂੰ ਹੋਰ ਵੀ ਬਹੁਤ ਕੁਛ ਦੇ ਦੇਣਗੇ। ਪਾਣੀ ਦਾ ਘੁੱਟ ਵਿਲਾ ਜਵਾਨਾ, ਆਈ ਗੇੜੀ ਨਲਕਾ ਕਿੱਥੋਂ ਆਇਆ ਜਵਾਨਾ? ਰਾਜਾ ਸਾਹਿਬ ਦੇ ਦਰਬਾਰ ਤੋਂ ਆਇਆ। ਰਾਜਾ ਸਾਹਿਬ ਦੀਆਂ ਰਹਿਮਤਾਂ ਲੈ ਕੇ ਆਇਆ, ਆਹ ਫੜ ਝੋਲਾ ਗੇੜ ਨਲਕਾ। ਮੇਰਿਆ ਮਾਲਕਾ, ਰਾਜਾ ਸਾਹਿਬ ਹੋਰ ਕਿੰਨੀਆਂ ਕੁ ਤੁਸੀਂ ਪ੍ਰੀਖਿਆ ਲਵੋਗੇ? ਬਾਬਾ ਜੀ ਪਤਾ ਨਹੀਂ ਕਿੱਧਰ ਗਏ, ਅਜੇ ਹੁਣ ਤਾਂ ਪਾਣੀ ਪੀ ਰਹੇ ਸੀ।
मैं ता खब्बे भी सज्जे भी सारे देख लिया। ओ तेरा भला ये तो रुपया का भरया हुआ झोला, मैनू तो बजुर्ग का कोई थौ टिकाणा नहीं पता। पता नहीं राजा साहब जी की मौज आ, पता नहीं क्यों राजा साहब इस गरीब तो इन्नी प्रीख्या लेने। हूँ तो राजा साहब के दरबार जाके निपटारा होगा। जय राजा जी। जय राजा जी। की गल भाई सिंह, फिर वापस आ गए हैं, सब ठीक ठाक है? मैं तो रास्ते विच जा रहा सी, रास्ते विच मैनू एक बजुर्ग मिले। आ अमानता उस बुजुर्ग की। भाई सिंह, ये उस बुजुर्ग की अमानत नहीं, ये अमानत तेरी है। ओ भाई सिंह, ये कोतक राजा साहब जी ने अपने किसी सेवक वालों करवाया है। इत्थे लखां ही श्रद्धालु आते हैं जिन्हां दे मन विच बहुत सवाल होंदे हन। जो तू इत्थों वापस गया सी, तेरे ही मन विच अनेक ही सवाल उठदे सी, उन्हां ही सवालों के हल लई ये सब होया है। जय राजे जी, ये राजे दी रहमतां ने, ऐ फड़ अपनी अमानत, तुसी खुशी खुशी अपने घर नूं जाओ। जय राजे जी, ये सब थोड़ियां रहमतां ने। जय राजा जी, ये सब राजा जी दी रहमतां ने। सोना मोटर अपरा इत्थे देख दिया कार। राजा साहब की कृपा नाल इत्थे तां गड्डियां बहुत ने। आता गड्डियों बहुत बढ़िया नवी पई है, बिचों भी बहुत सोहनी है। तरपाई ने पूछ लिया कि नहीं गंदा। ये मेरे मन पसंद है। हाँ जी सरदार जी, सत श्री अकाल। सत श्री अकाल जी। ये गड्डी किन्ने दी आ? इहदी कीमत है जी 5 लाख रुपया। ਤੁਸੀਂ ਕੋਈ ਸਸਤੀ ਜਿਹੀ ਗੱਡੀ ਦੇਖ ਲਓ, ਉਹ ਗੱਡੀ ਦੀ ਕੀਮਤ ਹੈ ਜੀ 1 ਲੱਖ ਰੁਪਈਆ, ਅਤੇ ਆਹ ਖੜੀ ਆ 3 ਲੱਖ ਰੁਪਏ। ਤੁਸੀਂ ਇਹਨਾਂ 'ਚੋਂ ਦੇਖ ਲਓ, ਇਹ ਤਾਂ ਮਹਿੰਗੀਆਂ ਕਾਰਾਂ ਹੋਣੀਆਂ ਜੀ, ਲਗਜ਼ਰੀ ਕਾਰਾਂ। ਨਹੀਂ, ਤੁਸੀਂ ਮੈਨੂੰ ਇਹੀ 4 ਲੱਖ 'ਚ ਦੇ ਦਿਓ। 4 ਲੱਖ ਦੀ ਤਾਂ ਨਹੀਂ ਜੀ, ਸਾਡੇ ਤਾਂ ਫਿਕਸ ਰੇਟ ਹੀ ਹੁੰਦੇ ਆ ਜੀ। ਮਹਿੰਗੀ ਲੱਗਦੀ ਤੁਸੀਂ ਉਹ ਦੇਖ ਲਓ ਜੀ। 1 ਲੱਖ, 2 ਲੱਖ, 3 ਲੱਖ, 4 ਲੱਖ, 5 ਲੱਖ। ਇਹ ਤਾਂ ਰਾਜਾ ਸਾਹਿਬ ਦੀਆਂ ਰਹਿਮਤਾਂ ਨੇ, ਤੂੰ 5 ਚ ਦੇ। ਸ਼ੁਕਰੀਆ ਰਾਜੇ ਦਾ, ਲੈ ਜਾਓ ਜੀ। ਕਾਕਾ ਲਿਆ ਕੇ ਦੇ ਬਈ ਚਾਬੀ। ਆ ਮੈਂ ਚੁੱਕ ਲੈਂਦਾ ਜੀ। ਆ ਲਓ ਜੀ ਚਾਬੀ। ਜੈ ਰਾਜਾ ਜੀ। ਧੰਨ ਧੰਨ ਰਾਜਾ ਜੀ। ਜੈ ਰਾਜਾ ਜੀ। ਧੰਨ ਧੰਨ ਰਾਜਾ ਬਲੀ ਕਰਿਓ ਭਲੀ। ਰਾਜਾ ਜੀ, ਇਹ ਤਾਂ ਤੁਹਾਡੀਆਂ ਮੌਜਾਂ ਸਦਕਾ। ਜੈ ਰਾਜਾ ਜੀ। ਤੇ ਕਾਗਜ਼ ਪੱਤਰ ਵਿੱਚੇ ਪਏ ਆ ਜੀ ਸਰਦਾਰ ਜੀ, ਕਾਗਜ਼ ਪੂਰੇ ਆ ਜੀ। ਜੈ ਰਾਜਾ ਜੀ। ਰਾਜਾ ਬਲੀ ਕਰਿਓ ਭਲੀ। ਦੁਨੀਆਂ ਵੇਲੇ ਵੇਲੇ ਕਹਿੰਦੀ ਸੀ ਸਾਨੂੰ, ਵੇਲੇ ਵੇਲੇ ਕਹਿੰਦੀ ਸੀ ਰੁਜ਼ਗਾਰ।
जी तेरी कृपा ना अधिकारा वाले हो गया राजा जी तेरी रहमत ना अधिकारा वाले हो गया जी ਭਾਗਵਾਨ ਨੇ ਪਸ਼ੂ ਪਾ ਦਾ ਕੰਮ ਕਰਕੇ ਆਪਾਂ ਰਾਜਾ ਸਾਹਿਬ ਦੇ ਦਰਬਾਰ ਮੱਥਾ ਟੇਕਣ ਜਾਣਾ ਬਾਲਟੀਆਂ ਚੱਕ ਲਿਆ ਧਾਰਾਂ ਨੂੰ ਥੱਲਿਓ ਸੁੰਬਰ ਵੀ ਦਿੰਦਾ ਤੂੰ ਲਿਬੜੇਗੀ ਨੀ ਨਹਾਤੀ ਧੋਤੀ ਆ ਚਿੱਚੜ ਪੈ ਕੇ ਲੱਗਦੇ ਆ ਤੇਰੇ ਤੇਰੀ ਕਰਦੇ ਆ ਸੇਵਾ ਹਾਂ ਤੂੰ ਉਹ ਖਾਲਾ ਮੁੰਦਰਾਂ ਪਾ ਕੇ ਬੈਠੀ ਆ ਤੂੰ ਕਿਉਂ ਖੁਸ਼ ਹਾਂ ਹੁਣ ਆਪਾਂ ਨੂੰ ਬੜੀ ਗੱਡੀ ਮਿਲ ਗਈ ਪਹਿਲਾਂ ਆਪਣੇ ਕੋਲ ਉਹ ਛੋਟੀ ਗੱਡੀ ਸੀ ਜਿਹੜੀ ਰਾਜਾ ਸਾਹਿਬ ਨੇ ਆਪਣੇ ਕੋਲ ਰੱਖ ਕੇ ਆਪਾਂ ਨੂੰ ਇਹ ਬੜੀ ਗੱਡੀ ਦਿੱਤੀ ਆ ਇਹ ਵੀ ਕੋਈ ਰਾਜਾ ਸਾਹਿਬ ਦਾ ਕੌਤਕ ਹੀ ਆ ਰਾਜਾ ਸਾਹਿਬ ਦੇ ਦਰਬਾਰ ਤੋਂ ਜਸ਼ਨ ਨੂੰ ਛੋਟੀ ਗੱਡੀ ਦਾ ਖਿਡੌਣਾ ਮਿਲਣਾ ਫਿਰ ਪਾਠੀ ਸਿੰਘ ਤੋਂ ਅਰਦਾਸ ਵਿੱਚ ਭੁਲੇਖਾ ਲੱਗ ਜਾਣਾ ਇਹ ਕੋਈ ਰਾਜਾ ਸਾਹਿਬ ਦਾ ਹੀ ਕੌਤਕ ਹੈ ਜਿਹੜਾ ਆਪਾਂ ਨੂੰ ਅੱਜ ਗੱਡੀ ਦੀ ਬਖਸ਼ਿਸ਼ ਹੋਈ ਹੈ ਤੇ ਰਾਜਾ ਸਾਹਿਬ ਦੀ ਮਿਹਰ ਹੋਈ ਹੈ ਰਾਜਾ ਸਾਹਿਬ ਸਭਨਾ ਤੇ ਮੇਰ ਕਰੇ ਤੇ ਤੰਦਰੁਸਤੀਆਂ ਬਖਸ਼ੇ ਜੈ ਰਾਜਾ ਜੈ ਰਾਜਾ ਸਾਹਿਬ ਦੀ ਚਲੋ ਮੱਥਾ ਟੇਕੀਏ ਰਾਜਾ ਬਲੀ